ਇੱਕ ਤਾਂ ਹੁੰਦੀ ਹੈ ਈਵੈਂਟ ਸਿਕਿਉਰਿਟੀ, ਇੱਕ ਸਿਕਿਉਰਿਟੀ ਹੁੰਦੀ ਹੈ ਗੱਡੀ 'ਚ ਬਹਿ ਕੇ ਕਰਨ ਵਾਲੀ ਜਿਹੜੀ ਕਿ ਮੈਂ ਕਰ ਰਿਹਾ, ਅਤੇ ਇੱਕ ਸਿਕਿਉਰਿਟੀ ਹੁੰਦੀ ਆ ਮਤਲਬ ਬਸ ਕੁਰਸੀ 'ਤੇ ਬਹਿਣਾ, ਯੂਜੂਅਲੀ ਬਿਲਡਿੰਗਾਂ 'ਚ ਹੁੰਦੀ ਆ ਅਤੇ ਕੁਰਸੀ 'ਤੇ ਬਹਿ ਕੇ ਬਸ। ਹਾਂਜੀ, ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ? ਹੁਣ ਜਿੱਦਾਂ ਕਿ ਤੁਸੀਂ ਦੇਖ ਲਿਆ, ਅੱਜ ਆਪਾਂ ਸਿਕਿਉਰਿਟੀ ਗਾਰਡ ਦੇ ਕੰਮ ਬਾਰੇ ਗੱਲ ਕਰਨ ਜਾ ਰਹੇ ਹਾਂ। ਹੁਣ ਮੈਂ ਖੁਦ ਇਹ ਕੰਮ ਕਰਦਾ ਅਤੇ ਤੁਹਾਨੂੰ ਸਾਰਾ ਕੁਛ ਇਹਦੇ ਬਾਰੇ ਦੱਸਦਾ ਹਾਂ। ਸਭ ਨੂੰ ਪਹਿਲਾਂ ਆਏ ਤਾਂ ਸਿਕਿਉਰਿਟੀ ਗਾਰਡ ਦਾ ਲਾਇਸੈਂਸ ਕਿੱਦਾਂ ਲਈਦਾ, ਅਤੇ ਸਿਕਿਉਰਿਟੀ ਗਾਰਡ ਦਾ ਇੱਕ ਨਹੀਂ ਬਹੁਤ ਤਰ੍ਹਾਂ ਦੀ ਹੁੰਦੀ ਆ, ਤੁਹਾਨੂੰ ਸਾਰੇ ਸਮਝਾਉਣਾ ਕਿੱਦਾਂ ਕਿੱਦਾਂ। ਤੀਜੇ ਨੰਬਰ 'ਤੇ ਮੈਂ ਤੁਹਾਨੂੰ ਆਪਦਾ ਕੰਮ ਦੱਸੂੰਗਾ, ਮੈਂ ਕਿਹੜਾ ਕੰਮ ਕਰਦਾ ਸਿਕਿਉਰਿਟੀ ਦਾ ਅਤੇ ਮੇਰੀ ਕੰਪਨੀ ਬਾਰੇ, ਕਿਉਂਕਿ ਮੈਂ ਮੇਰਾ ਜਿਹੜਾ ਹੈਗਾ ਉਹ ਗੱਡੀ 'ਚ ਬਹਿ ਕੇ ਕੰਮ ਕਰਨ ਵਾਲਾ, ਤੁਹਾਨੂੰ ਅੱਗੇ ਆ ਕੇ ਸਮਝਾਉਣਾ। ਅਤੇ ਚੌਥੇ ਨੰਬਰ 'ਤੇ ਤੁਹਾਨੂੰ ਇਹਦੀ ਇਨਕਮ ਬਾਰੇ ਦੱਸਦਾ ਵੀ ਤੁਸੀਂ ਕਿੰਨਾ ਕਮਾ ਸਕਦੇ ਹੋ। ਓਕੇ, ਚਲੋ ਸ਼ੁਰੂ ਕਰਦੇ ਹਾਂ। ਸਭ ਨੂੰ ਪਹਿਲਾਂ ਸ਼ੁਰੂ ਕਰਦੇ ਹਾਂ ਕਿ ਸਿਕਿਉਰਿਟੀ ਗਾਰਡ ਦਾ ਲਾਇਸੈਂਸ ਕਿੱਦਾਂ ਬਣਾਉਣਾ। ਹੁਣ ਸਭ ਨੂੰ ਪਹਿਲਾਂ ਤੁਹਾਨੂੰ 40 ਘੰਟੇ ਦੀਆਂ ਕਲਾਸਿਸ ਕੰਪਲੀਟ ਕਰਨੀਆਂ ਪੈਣਗੀਆਂ। ਜਦੋਂ ਤੁਸੀਂ ਕਲਾਸਿਸ ਕੰਪਲੀਟ ਕਰਤੀਆਂ, ਤੁਹਾਨੂੰ ਕੰਪਲੀਸ਼ਨ ਨੰਬਰ ਮਿਲ ਜਾਣਾ। ਕੰਪਲੀਸ਼ਨ ਨੰਬਰ ਦੇ ਨਾਲ ਤੁਸੀਂ ਆਪਦਾ ਐਗਜ਼ਾਮ ਬੁੱਕ ਕਰਾ ਸਕਦੇ ਹੋ ਸਿਕਿਉਰਿਟੀ ਦਾ, ਅਤੇ ਜਦੋਂ ਐਗਜ਼ਾਮ ਪਾਸ ਕਰਤਾ, ਜੋ ਕਿ ਬਹੁਤ ਈਜ਼ੀ ਹੁੰਦਾ, ਫਿਰ ਤੁਹਾਨੂੰ ਸਿਕਿਉਰਿਟੀ ਗਾਰਡ ਦਾ ਡਿਜੀਟਲ ਲਾਇਸੈਂਸ ਮਿਲ ਕੇ ਆ ਜਾਣਾ। ਬਾਅਦ 'ਚ ਕੁਛ ਕੁ ਹਫ਼ਤੇ, ਮੈਨੂੰ ਲੱਗਦਾ 2 ਹਫ਼ਤੇ ਬਾਅਦ ਫਿਜ਼ੀਕਲ ਲਾਇਸੈਂਸ ਵੀ ਆ ਜਾਂਦਾ ਸਿਕਿਉਰਿਟੀ ਦਾ, ਠੀਕ ਆ। ਇੱਥੇ ਅੰਟਾਰੀਓ 'ਚ ਤਾਂ ਕਾਫੀ ਈਜ਼ੀ ਆ ਸਿਕਿਉਰਿਟੀ ਦਾ ਲਾਇਸੈਂਸ ਲੈਣਾ, ਬਾਕੀ ਸਟੇਟਾਂ ਬਾਰੇ ਹੁਣ ਮੈਂ ਸ਼ੋਰ ਨਹੀਂ ਹੈਗਾ, ਲੇਕਿਨ ਇੱਥੇ ਇੰਨਾ ਔਖਾ ਨਹੀਂ ਹੈਗਾ। ਹੁਣ ਮੈਂ ਤੁਹਾਨੂੰ ਆਪਦੇ ਕੰਮ ਬਾਰੇ ਦੱਸਦਾ। ਮੈਂ ਡੇਟਮ ਸਿਕਿਉਰਿਟੀ ਨਾਲ ਕੰਮ ਕਰਦਾ, ਅਤੇ ਬੇਸਿਕਲੀ ਹੁਣ ਜਿਹੜੀ ਸਾਈਟ 'ਤੇ ਹੁਣ ਮੈਂ ਬੈਠਾ, ਇਹ ਹੋਟਲ ਦੀ ਪਾਰਕਿੰਗ ਲੋਟ ਆ। ਹੈ ਇੱਕ ਹੁਣ ਆਪਣੇ ਬ੍ਰੈਮਟਮ ਮਿਸਿਸਾਗਾ ਅਤੇ ਟੋਰੋਂਟੋ ਹੈ GTA ਏਰੀਏ 'ਚ, ਇਹ ਬਹੁਤ ਬੜੀ ਪ੍ਰੋਬਲਮ ਆ ਕਿ ਇੱਥੇ ਗੱਡੀਆਂ ਬਹੁਤ ਚੋਰੀ ਹੁੰਦੀਆਂ ਨੇ, ਤਾਂ ਕਰਕੇ ਸਿੰਸ ਇਹ ਓਪਨ ਪਾਰਕਿੰਗ ਲੋਟ ਆ, ਆਪਾਂ ਗੱਡੀਆਂ 'ਤੇ ਧਿਆਨ ਰੱਖਣਾ। ਅਤੇ ਬੇਸਿਕਲੀ ਆਪਣਾ ਕੰਮ ਆ ਪੈਟਰੋਲਿੰਗ ਕਰਨ ਦਾ, ਜਿੱਦਾਂ ਕਿ ਅੱਧੇ ਅੱਧੇ ਘੰਟੇ ਬਾਅਦ ਆਏ ਗੇੜਾ ਦੇਤਾ, ਜਾਂ 20-20 ਮਿੰਟ ਬਾਅਦ ਆਏ ਗੇੜਾ ਦੇਤਾ, ਠੀਕ ਹੈ। ਆਪਾਂ ਪੈਟਰੋਲਿੰਗ ਕਰਨੀ ਆ, ਸਾਰਾ ਕੁਛ ਚੈੱਕ ਕਰਨਾ, ਇਕੱਲੀ ਇਕੱਲੀ ਗੱਡੀ ਦੇਖਣੀ ਆ, ਬਿਕੋਜ਼ ਸਸਪੀਸ਼ੀਅਸ ਤਾਂ ਨਹੀਂ ਹੈਗਾ, ਸਭ ਕੁਛ ਠੀਕ ਆ, ਕੋਈ ਡੈਮੇਜ ਤਾਂ ਨਹੀਂ ਹੋਇਆ ਕੋਈ ਵੀ ਵਹੀਕਲ ਨੂੰ, ਇਹ ਕੁਛ ਕਰਨਾ। ਮਤਲਬ ਨਜ਼ਰ ਰੱਖਣੀ ਆ, ਨਜ਼ਰ ਰੱਖਣਾ ਸਾਈਟ 'ਤੇ, ਗੱਡੀਆਂ 'ਤੇ ਨਜ਼ਰ ਰੱਖਣੀ ਆ ਵੀ ਸਭ ਕੁਛ ਠੀਕ ਆ, ਕਿਹੜੀ ਗੱਡੀ ਆਉਂਦੀ ਆ, ਕਿਹੜੀ ਗੱਡੀ ਜਾਂਦੀ ਆ, ਅਤੇ ਨਾਲ ਦੀ ਨਾਲ ਰਿਪੋਰਟ ਲਿਖ ਦੇਣੀ ਆ ਵੀ 9 ਵਜੇ ਮੈਂ ਗੇੜਾ ਲਾਇਆ ਸੀਗਾ, 9 ਵਜੇ ਆਹ ਗੱਡੀ ਵੜੀ ਸੀਗੀ, ਵੀ ਸਭ ਠੀਕ ਆ, ਨਥਿੰਗ ਸਸਪੀਸ਼ੀਅਸ, ਇਹ ਕੰਮ ਆ। ਇਹ ਤੋਂ ਪਹਿਲਾਂ ਆਹੀ ਕੰਪਨੀ ਨਾਲ ਮੈਂ ਇੱਕ ਹੋਰ ਸਾਈਟ 'ਤੇ ਕੰਮ ਕੀਤਾ ਸੀਗਾ, ਉਹ ਸੀਗੀ ਟਰੱਕਾਂ ਦਾ, ਉਹ ਟਰੱਕਾਂ ਦਾ ਯਾਰਡ ਸੀਗਾ, ਅਤੇ ਉਹ ਥੋੜ੍ਹੀ ਬੜੀ ਸਾਈਟ ਸੀ, ਉਹ ਬੜਾ ਯਾਰਡ ਸੀ, ਉੱਥੇ 2 ਗੱਡੀਆਂ ਹੁੰਦੀਆਂ ਸੀ ਇੱਕ ਟਾਈਮ, ਉੱਥੇ ਜ਼ਿਆਦਾ ਸਿਕਿਉਰਿਟੀ ਗਾਰਡ ਦੀ ਲੋੜ ਹੁੰਦੀ ਸੀ, ਇੱਥੇ ਇੱਕ ਟਾਈਮ ਇੱਕ ਗੱਡੀ ਹੁੰਦੀ ਆ, ਠੀਕ ਹੈ। ਅਤੇ ਮੈਂ ਜੋ ਦਾ ਮਤਲਬ ਆਪਦਾ ਸਿਕਿਉਰਿਟੀ ਦਾ ਲਾਇਸੈਂਸ ਬਣਾਇਆ, ਮੈਂ ਬਹੁਤ ਜਗ੍ਹਾ ਕੰਮ ਕੀਤਾ, ਮਤਲਬ ਬਹੁਤ ਡਿਫਰੈਂਟ ਡਿਫਰੈਂਟ ਕੰਪਨੀਆਂ ਨਾਲ ਕੰਮ ਕੀਤਾ, ਲੇਕਿਨ ਇਹਨਾਂ ਨਾਲ ਸਭ ਨੂੰ ਵਧੀਆ ਮੇਰਾ ਐਕਸਪੀਰੀਅੰਸ ਰਿਹਾ। ਆਲਮੋਸਟ ਮੈਨੂੰ 5-6 ਮਹੀਨੇ ਹੋ ਚੱਲੇ ਇਹਨਾਂ ਨਾਲ ਹੁਣ ਕੰਮ ਕਰਦੇ, ਅਤੇ ਇੱਕ ਤਾਂ ਮੈਨੂੰ ਇਹਨਾਂ ਦੀ ਮੈਨੇਜਮੈਂਟ ਬਹੁਤ ਵਧੀਆ ਲੱਗੀ। ਹੁਣ ਜਿੱਦਾਂ ਕਿ ਮੈਂ ਹਜੇ ਸਟੂਡੈਂਟ ਹਾਂ, ਮੈਨੂੰ ਆਪਣੀ ਕਲਾਸਿਸ ਦੇ ਹਿਸਾਬ ਨਾਲ ਹੀ ਸਕੈਜੂਲ ਚਾਹੀਦਾ ਹੁੰਦਾ, ਠੀਕ ਹੈ, ਕੰਮ ਦਾ, ਅਤੇ ਮੈਨੂੰ ਉੱਦਾਂ ਹੀ ਬਣਾ ਕੇ ਦੇ ਦਿੰਦੇ ਨੇ। ਮੈਨੇਜਮੈਂਟ ਬਹੁਤ ਵਧੀਆ ਲੱਗੀ, ਅਤੇ ਇੱਕ ਇਹ ਕੰਪਨੀ ਦੇ ਓਨਰ ਬਹੁਤ ਨਾਈਸ ਨੇ, ਆਪਦੇ ਵਰਕਰਾਂ ਦਾ ਪੂਰਾ ਮਤਲਬ ਪੂਰਾ ਖਿਆਲ ਰੱਖਦੇ ਨੇ, ਉਹਨਾਂ ਨੂੰ ਵਧੀਆ ਟ੍ਰੀਟ ਕਰਦੇ ਨੇ, ਅਤੇ ਬਾਕੀ ਜਿਹੜੇ ਕੋਵਰਕਰ ਨੇ ਉਹਨਾਂ ਨਾਲ ਵੀ ਵਧੀਆ ਬਣਦੀ ਆ। ਮੇਨ ਕਹਿੰਦੇ ਇਹੀ ਹੁੰਦਾ, ਜਿੱਥੇ ਵੀ ਬੰਦਾ ਕੰਮ 'ਤੇ ਲੱਗਦਾ, ਕੰਮ ਦੇ ਇਨਵਾਇਰਮੈਂਟ ਵਧੀਆ ਹੋਣੀ ਚਾਹੀਦੀ ਆ, ਅਤੇ ਬੰਦਾ ਫਿਰ ਖੁਸ਼ ਹੋ ਕੇ ਕੰਮ ਕਰਦਾ, ਠੀਕ ਆ, ਇਹੀ ਮੇਨ ਗੱਲਾਂ ਹੁੰਦੀਆਂ ਨੇ ਬੇਸਿਕਲੀ। ਚਲੋ ਹੁਣ ਆਪਾਂ ਗੱਲ ਕਰਦੇ ਆ ਪੇ ਦੀ, ਵੀ ਸਿਕਿਉਰਿਟੀ ਗਾਰਡ ਦਾ ਕੰਮ ਕਰਕੇ ਤੁਸੀਂ ਕਿੰਨਾ ਕਮਾ ਸਕਦੇ ਹੋ। ਹੁਣ ਇਹ ਮੈਂ ਤੁਹਾਨੂੰ ਇੱਕ ਫਿਕਸ ਰੇਟ ਨਹੀਂ ਦੱਸ ਸਕਦਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਡਿਪੈਂਡ ਕਰਦੀਆਂ ਨੇ। ਵੈਸੇ ਐਵਰੇਜ ਸਿਕਿਉਰਿਟੀ ਗਾਰਡ ਤਾਂ $17 ਚੱਲ ਕਮਾ ਲੈਂਦਾ, ਅਤੇ ਜਿੱਦਾਂ ਕਿ ਮੈਂ ਤਾਂ ਮਿਨੀਮਮ ਵੇਜ 7-15.5, ਸੋ 15.5 ਅਤੇ $20 ਦੇ ਵੇਚ ਤਾਂ ਤੁਸੀਂ ਕਮਾ ਹੀ ਲਓਗੇ, ਅਤੇ ਬਾਕੀ ਹੋਰ ਚੀਜ਼ਾਂ ਜਿਹੜੀਆਂ ਮੈਂ ਕਹਿੰਦਾ ਸੀ ਵੀ ਬਹੁਤ ਵੀ ਡਿਪੈਂਡ ਕਰ ਸਕਦੀਆਂ ਨੇ, ਉਹ ਇੱਦਾਂ ਸੋਚੋ ਕਿ ਮਤਲਬ ਇੱਕ ਸਾਈਟ 'ਤੇ ਉਹਨਾਂ ਦੇ ਬੰਦੇ ਘੱਟ ਜਾਣ, ਉਹਨਾਂ ਨੂੰ ਮੌਕੇ 'ਤੇ ਹੋਰ ਬੰਦਿਆਂ ਦੀ ਲੋੜ ਹੋਵੇ, ਫਿਰ ਜੇ ਤੁਸੀਂ ਉਸੇ ਟਾਈਮ ਆਪਦੀ ਅਵੇਲੇਬਿਲਿਟੀ ਦਿਖਾਤੀ ਵੀ ਮੌਕੇ 'ਤੇ, ਬਿਲਕੁਲ ਤੁਸੀਂ ਕਿਹਾ ਹਾਂ ਮੈਂ ਚੱਲ ਚੱਲ ਜਾਣਾ ਕਰਨ, ਉੱਦਾਂ ਦੇ ਟਾਈਮ 'ਤੇ ਤੁਹਾਨੂੰ ਫਿਰ ਜ਼ਿਆਦਾ ਪੇ ਕਰਦੇ ਨੇ। ਜਾਂ ਜਿਹੜੀਆਂ ਸਾਈਟਾਂ ਲਈ ਮਤਲਬ ਬਹੁਤ ਦੂਰ ਦੂਰ ਤੱਕ ਜਾਣਾ ਪੈਂਦਾ, ਦੂਰ ਦੂਰ ਤੱਕ ਜਾ ਕੇ ਸਿਕਿਉਰਿਟੀ ਕਰਕੇ ਫਿਰ ਇੰਨੀ ਦੂਰ ਫਿਰ ਵਾਪਸ ਆਉਣਾ, ਉਹ ਕੰਮਾਂ ਲਈ ਵੀ, ਉਹਦੇ ਲਈ ਵੀ ਤੁਹਾਨੂੰ ਜ਼ਿਆਦਾ ਪੇ ਕਰ ਸਕਦੇ ਆ, ਈਵਨ ਅਪ ਟੂ $22 ਵੀ ਤੁਸੀਂ ਤੁਹਾਨੂੰ ਪੇ ਕਰ ਸਕਦੇ ਨੇ, ਇਹ ਡਿਪੈਂਡ ਕਰਦਾ ਇਹ ਚੀਜ਼ਾਂ। ਪਰ ਐਵਰੇਜ $17 ਆ ਸਿਕਿਉਰਿਟੀ ਗਾਰਡ ਦੀ, ਇੱਥੇ ਇੰਨੇ ਕਮਾ ਲੈਂਦਾ। ਅਤੇ ਬਾਕੀ ਜੇ ਤੁਸੀਂ ਲਾਉਂਦੇ ਹੋ ਓਵਰ ਟਾਈਮ, ਓਵਰ ਟਾਈਮ ਐਂ ਹੁੰਦਾ ਵੀ ਬੇਸਿਕਲੀ 40 ਘੰਟਿਆਂ ਤੋਂ ਉੱਤੇ ਜੋ ਤੁਸੀਂ ਘੰਟੇ ਲਾਉਂਦੇ ਹੋ, ਫਿਰ ਤੁਹਾਨੂੰ 1.5 ਗੁਣਾ ਜ਼ਿਆਦਾ ਪੇ ਕਰਨਾ ਪੈਂਦਾ, ਇਹ ਸਭ ਕਿਤੇ ਆਇਆ ਰੂਲ, ਠੀਕ ਹੈ। ਕਿ ਸਿਕਿਉਰਿਟੀ ਗਾਰਡ ਦੇ ਬਹੁਤ ਸਾਰੇ ਡਿਫਰੈਂਟ ਟਾਈਪ ਦੇ ਕੰਮ ਹੁੰਦੇ ਨੇ, ਇੱਕ ਤਾਂ ਹੁੰਦੀ ਹੈ ਈਵੈਂਟ ਸਿਕਿਉਰਿਟੀ,
ਇੱਕ ਸਿਕਿਉਰਿਟੀ ਹੁੰਦੀ ਹੈ ਗੱਡੀ 'ਚ ਬਹਿ ਕੇ ਕਰਨ ਵਾਲੀ, ਜਿਹੜੀ ਕਿ ਮੈਂ ਕਰ ਰਿਹਾ, ਅਤੇ ਇੱਕ ਸਿਕਿਉਰਿਟੀ ਹੁੰਦੀ ਆ ਮਤਲਬ ਬਸ ਕੁਰਸੀ 'ਤੇ ਬਹਿਣਾ, ਯੂਜੁਅਲੀ ਬਿਲਡਿੰਗਾਂ 'ਚ ਹੁੰਦੀ ਆ, ਅਤੇ ਕੁਰਸੀ 'ਤੇ ਬਹਿ ਕੇ ਬਸ ਨਿਗਾਹ ਰੱਖਣੀ ਆ ਵੀ ਸਭ ਕੁਝ ਠੀਕ ਆ। ਸਭ ਨੂੰ ਮਸ਼ਹੂਰ ਜਿਹੜੀ ਹੁੰਦੀ ਆ ਜਦੋਂ ਸਪੈਸ਼ਲੀ ਜੋ ਬੰਦਾ ਨਵਾਂ ਨਵਾਂ ਸਿਕਿਉਰਿਟੀ ਦਾ ਲਾਇਸੈਂਸ ਲੈਂਦਾ ਅਤੇ ਨਵਾਂ ਨਵਾਂ ਕੰਮ ਸ਼ੁਰੂ ਕਰਨਾ ਹੁੰਦਾ, ਉਹ ਈਵੈਂਟ ਸਿਕਿਉਰਿਟੀ ਹੁੰਦੀ ਆ। ਜਿਹਨੇ ਵੀ ਨਵਾਂ ਇਹ ਕੰਮ 'ਚ ਪੈਣਾ ਉਹ ਮੈਂ ਸ਼ੋਰ ਆ 99% ਨੇ ਇੱਕ ਵਾਰ ਤਾਂ ਈਵੈਂਟ ਸਿਕਿਉਰਿਟੀ ਕੀਤੀ ਹੋਊਗੀ। ਉਹ ਜ਼ਿਆਦਾਤਰ ਇੱਥੇ ਜਿਵੇਂ ਟੋਰੋਂਟੋ ਹੁੰਦੀ ਆ ਜ਼ਿਆਦਾਤਰ ਜਿੱਥੇ ਮੈਂ ਰਹਿੰਦਾ, ਅਤੇ ਬੇਸਿਕਲੀ ਕੀ ਹੁੰਦਾ ਜਦੋਂ ਕਿ ਉਹਨਾਂ ਦਾ ਕੋਈ ਕੋਈ ਵੀ ਜਾਂ ਸਿੰਗਰ ਆਉਂਦਾ ਹੋਵੇ ਸ਼ੋਅ ਲਾਉਣ, ਜਾਂ ਕੋਈ ਗੇਮ ਹੋਵੇ ਜਾਂ ਕੋਈ ਮੈਚ ਲੱਗਣਾ ਹੋਵੇ, ਵੀ ਉੱਥੇ ਬਹੁਤ ਸਾਰੇ ਲੋਕ ਆਉਂਦੇ ਨੇ ਨਾ, ਹਜ਼ਾਰਾਂ ਹੀ ਲੋਕ ਆਉਂਦੇ ਹੁੰਦੇ ਨੇ ਇੱਕੋ ਟਾਈਮ, ਤਾਂ ਕਰਕੇ ਉਹਨਾਂ ਨੂੰ ਬਹੁਤ ਸਾਰੇ ਸਿਕਿਉਰਿਟੀ ਗਾਰਡਾਂ ਦੀ ਲੋੜ ਪੈਂਦੀ ਆ। ਤਾਂ ਯੂਜੁਅਲੀ ਏਜੰਸੀਆਂ ਫਿਰ ਭੇਜਦੀਆਂ ਨੇ ਉੱਥੇ, ਐਂ ਕਹਿੰਦੇ ਹੁੰਦੇ ਨੇ ਵੀ ਸਾਨੂੰ ਅੱਜ 200 ਸਿਕਿਉਰਿਟੀ ਗਾਰਡ ਚਾਹੀਦਾ, ਤਾਂ ਕਰਕੇ ਉਹਨਾਂ ਨੂੰ ਤੁਹਾਨੂੰ ਭੇਜ ਦੇਣਾ। ਈਵੈਂਟ ਸਿਕਿਉਰਿਟੀ ਦਾ ਬਸ ਇੱਕ ਹੀ ਚੀਜ਼ ਆ ਵੀ ਉਹ ਸ਼ਿਫਟਾਂ ਜ਼ਿਆਦਾਤਰ 6 ਤੋਂ 8 ਘੰਟੇ ਹੁੰਦੀਆਂ ਨੇ, ਬਸ ਇਹ ਚੀਜ਼ ਆ, ਕਿਉਂਕਿ ਜਦ ਇੰਨਾ ਕੁ ਟਾਈਮ ਦੀ ਈਵੈਂਟ ਹੁੰਦੀ ਆ ਤਾਂ ਕਰਕੇ ਉਹ ਲੰਬੀਆਂ ਸ਼ਿਫਟਾਂ ਨਹੀਂ ਹੁੰਦੀਆਂ, ਉਨੇ ਉਨੇ ਟਾਈਮ ਕਰਕੇ ਬਾਅਦ ਚੋਂ ਖਤਮ, ਬਾਅਦ ਤੁਸੀਂ ਘਰੇ ਜਾਓ ਠੀਕ ਆ। ਤੇ ਬਾਕੀ ਕਈ ਜਿਹੜੇ ਉਹ ਕੰਮ ਹੁੰਦੇ ਨੇ ਸਪੈਸ਼ਲੀ ਜਿਵੇਂ ਸਾਡੇ ਵਰਗੇ ਕੰਮ ਜਿੱਥੇ ਅਸੀਂ ਕਰਦੇ ਆ ਬਹਿ ਕੇ ਕਰਨ ਵਾਲੇ ਹੁੰਦੀ ਆ, ਇਹਨਾਂ ਲਈ ਸਾਨੂੰ ਲੰਬੇ ਲੰਬੇ ਟਾਈਮ ਮਿਲ ਜਾਂਦੇ ਨੇ, ਮਤਲਬ 10 10 12 12 ਘੰਟੇ ਦੀਆਂ ਸ਼ਿਫਟਾਂ। ਈਵੈਂਟ ਸਿਕਿਉਰਿਟੀ ਦੇ ਬਸ ਇਹੀ ਗੱਲ ਆ, ਇੱਕ ਤਾਂ ਤੁਹਾਨੂੰ ਖੜੇ ਰਹਿਣਾ ਪਊਗਾ ਉੱਥੇ, ਬੈਠ ਨਹੀਂ ਸਕਦੇ, ਖੜ ਕੇ ਸਾਰਾ ਕੁਝ ਚੈੱਕ ਕਰਨਾ ਪਊ, ਤੇ ਇੱਕ ਸ਼ਿਫਟਾਂ ਵੀ ਜ਼ਿਆਦਾ ਲੰਬੀਆਂ ਨਹੀਂ ਹੁੰਦੀਆਂ। ਕਿ ਕਦੇ ਕਦੇ ਈਵੈਂਟ ਸਿਕਿਉਰਿਟੀ ਵੀ ਬਹੁਤ ਫਨ ਹੁੰਦੀ ਆ, ਕਿਉਂਕਿ ਇੱਕ ਵਾਰ ਮੈਨੂੰ ਚੇਤੇ ਆ ਮੈਂ ਟੋਰਾਂਟੋ ਗਿਆ ਸੀਗਾ, ਉੱਥੇ ਐਕਸਪੋ ਲੱਗੀ ਸੀਗੀ, ਤੇ ਉੱਥੇ ਜਿੰਨੇ ਵੀ ਆਪਣੇ ਆਹ ਵੈਬ ਸੀਰੀਜ਼ ਜੇ ਨੇ ਨੈਟਫਲਿਕਸ ਤੇ, ਉਹਨਾਂ ਦੇ ਐਕਟਰ ਆਏ ਸੀਗੇ, ਤੇ ਫੈਨ ਉਹਨਾਂ ਨੂੰ ਉਹ ਸਾਈਨ ਕਰਕੇ ਨਹੀਂ ਦਿੰਦੇ ਹੁੰਦੇ ਟੀ ਸ਼ਰਟਾਂ ਵਗੈਰਾ, ਉਹ ਕਰਨ ਆਏ ਸੀ। ਮੈਨੂੰ ਉਹ ਚੀਜ਼ ਬਾਰੇ ਪਤਾ ਨਹੀਂ ਸੀ, ਮੈਨੂੰ ਤਾਂ ਐਂ ਪਤਾ ਸੀ ਵੀ ਇੱਕ ਇਵੈਂਟ ਲੱਗਣੀ ਆ, ਉੱਥੇ ਮੈਂ ਸਿਕਿਉਰਿਟੀ ਕਰਨ ਜਾਣਾ, ਮੈਨੂੰ ਐਂ ਨਹੀਂ ਸੀ ਪਤਾ ਕੌਣ ਆ ਰਿਹਾ, ਤਾਂ ਕਰਕੇ ਜੋ ਮੈਂ ਉੱਥੇ ਗਿਆ ਮੈਨੂੰ ਉੱਥੇ ਨੈਟਫਲਿਕਸ ਦਾ ਜਿਹੜਾ ਆਪਣਾ ਸੀਰੀਜ਼ ਆ ਸਟ੍ਰੇਂਜਰ ਥਿੰਗਸ, ਉਹਦੇ ਐਕਟਰ ਮਿਲੇ ਸੀ, ਉਹ ਉੱਥੇ ਬੈਠੇ ਸੀਗੇ, ਤੇ ਮੈਂ ਬਿਲਕੁਲ ਉਹਨਾਂ ਦੇ ਕੋਲ ਖੜਾ ਸੀ ਉੱਥੇ ਸਿਕਿਉਰਿਟੀ ਗਾਰਡ ਦਾ, ਉੱਥੇ ਹਜ਼ਾਰਾਂ ਹੀ ਬੰਦਾ ਲੰਬੀਆਂ ਲਾਈਨਾਂ ਲੱਗੀਆਂ, ਤਾਂ ਕਰਕੇ ਈਵੈਂਟ ਸਿਕਿਉਰਿਟੀ ਵੀ ਕਦੇ ਕਦੇ ਫਨ ਹੁੰਦੀ ਆ, ਕਦੇ ਕਦੇ ਡਿਪੈਂਡ ਕਰਦਾ ਤੁਹਾਨੂੰ ਲੰਬੇ ਲੰਬੇ ਟਾਈਮਾਂ ਲਈ ਖੜਨਾ ਪੈਂਦਾ ਤਾਂ ਬੰਦਾ ਐਂ ਥੱਕ ਜਾਂਦਾ ਠੀਕ ਹੈ, ਤਾਂ ਬਹੁਤ ਡਿਫਰੈਂਟ ਹੁੰਦੀ ਆ। ਤੇ ਸਭ ਨੂੰ ਜ਼ਰੂਰੀ ਐਂਡ 'ਚ ਚੀਜ਼ ਜਿਹੜਾ ਵੀ ਸਿਕਿਉਰਿਟੀ ਦਾ ਕੰਮ ਕਰ ਰਿਹਾ, ਆਪਦੀ ਸੇਫਟੀ ਵੀ ਤੁਸੀਂ ਸਭ ਨੂੰ ਪਹਿਲਾਂ ਰੱਖਣੀ ਆ, ਕਿਉਂਕਿ ਤੁਹਾਡਾ ਕੰਮ ਇਹ ਨਹੀਂ ਹੈਗਾ ਮਤਲਬ ਜੇ ਚੋਰ ਆ ਗਿਆ ਚੋਰ ਨੂੰ ਫੜਨਾ, ਤੁਹਾਡਾ ਕੰਮ ਇਹ ਆ ਵੀ ਦੇਖ ਕੇ ਸਭ ਕੁਝ ਰਿਪੋਰਟ ਕਰ ਦੇਣਾ ਠੀਕ ਹੈ, ਤੇ ਨਿਗਾਹ ਰੱਖਣੀ। ਜੇ ਤੁਸੀਂ ਆਪ ਜਾ ਕੇ ਉਹ 'ਚ ਇਨਵੋਲਵ ਹੁੰਦੇ ਹੋ, ਤੁਸੀਂ ਆਪਦੀ ਸੇਫਟੀ ਨੂੰ ਉਹ ਕਰਦੇ ਹੋ, ਤਾਂ ਕਰਕੇ ਤੁਹਾਡੀ ਸੇਫਟੀ ਪ੍ਰਾਇੋਰਿਟੀ ਆ, ਬਾਅਦ 'ਚ ਜੇ ਤੁਹਾਨੂੰ ਕੁਝ ਦਿਖ ਰਿਹਾ ਵੀ ਕੁਝ ਗਲਤ ਹੋ ਰਿਹਾ, ਉਹ ਤੁਸੀਂ ਜਦੀ ਰਿਪੋਰਟ ਕਰ ਦੇਣਾ। ਤੇ ਬਾਕੀ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ, ਮੈਂ ਕੋਸ਼ਿਸ਼ ਕੀਤੀ ਆ ਵੀ ਆਹ ਸ਼ੋਰਟ ਟਾਈਮ 'ਚ ਤੁਹਾਨੂੰ ਸਾਰੇ ਪੁਆਇੰਟ ਸਮਝਾ ਦਾ ਠੀਕ ਹੈ। ਜੇ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਦਿਓ, ਤੇ ਆਪਾਂ ਮਿਲਦੇ ਹਾਂ ਅਗਲੀ ਵਾਰ। ਓਕੇ।